Congress MP Ravneet Singh Bitu to file his nomination on April 25th by using the same old ambassador car of his late grandfather and former CM Punjab Shri Beant Singh. Bitu has also used the same car for filing his nomination for elections back in 2014. MP Bitu will go on in the same car as it holds great emotional value for him. Reportedly, Bitu considered the vehicle very lucky for him. ਜਦੋਂ ਸਰਦਾਰ ਬਿਆਨ ਸਿੰਘ ਜੀ ਬਜ਼ੁਰਗਾਂ ਦਾ ਆਸ਼ੀਰਵਾਦ ਹੀ ਹੁੰਦਾ ਨਾ ਸਾਰਾ ਕੁਝ ਤੇ ਇਹ ਉਹ ਬਜ਼ੁਰਗਾਂ ਦੀ ਕਾਰ ਆ ਸਰਦਾਰ ਬਿਆਨ ਸਿੰਘ ਜੀ ਦੀ ਕਾਰ ਆ ਜਿੱਤੇ ਉਹ 10 ਸਾਲ ਜਦੋਂ ਉਹਰੇ ਅਤਵਾਦ ਸੀ ਤੇ ਇਸ ਕਾਰ ਤੇ ਉਹ ਕੱਲੇ-ਕੱਲੇ ਨਾਲ ਦੁੱਖ ਸਾਂਝਾ ਕਰਨ ਦੁੱਖ ਬਣਾਉਣ ਇਸ ਕਾਰ ਤੇ ਜਾਂਦੇ ਰਹੇ ਆ ਤੇ ਇਹ ਕਾਰ ਕੱਲੀ-ਕੱਲੀ ਪੰਜਾਬ ਦੀ ਸੜਕਾਂ ਤੇ ਉਹਨਾਂ ਨੂੰ ਲੈ ਕੇ ਜਾਂਦੀ ਰਹੀ ਆ ਤੇ ਇਸ ਕਾਰ ਦੇ ਵਿੱਚ ਹੀ ਉਹਨਾਂ ਨੇ ਅਤਵਾਦ ਦੀ ਅੱਗ ਆ ਜਿਹੜੀ ਉਹ ਠੰਡੀ ਕੀਤੀ ਤੇ ਜਦੋਂ ਉਹਨਾਂ ਦੀ ਕਾਰ ਸਾਨੂੰ ਵੀ ਇਹ ਹੁੰਦਾ ਵੀ ਜੇ ਉਹਨਾਂ ਦੀ ਕਾਰ ਲੈ ਕੇ ਜਾਵਾਂਗੇ ਤੇ ਉਹਨਾਂ ਦਾ ਆਸ਼ੀਰਵਾਦ ਸਾਡੇ ਸਿਰ ਤੇ ਰਹੇਗਾ। ਮੁੱਖ ਮੰਤਰੀ ਸਾਹਿਬ ਕੈਪਟਨ ਅਮਰਿੰਦਰ ਸਿੰਘ ਜੀ ਉਰੇ 1 ਵਜੇ ਆ ਰਹੇ ਆ ਤੇ ਉਹਨਾਂ ਦੇ ਨਾਲ ਸਾਡੇ ਸਾਰੇ ਲੁਧਿਆਣੇ ਦੀ ਲੀਡਰਸ਼ਿਪ ਤੇ ਲੋਕ ਨੋਮੀਨੇਸ਼ਨ ਅਸੀਂ ਤਕਰੀਬਨ 1 ਵਜੇ ਉਹ ਆਉਣਗੇ ਤੇ ਉਹਨਾਂ ਨਾਲ ਕਾਗਜ਼ ਭਰਨ ਜਿਹੜਾ ਹੈ ਉਹ ਜਾਵਾਂਗੇ। ਇਸੇ ਕਾਰ ਤੇ ਜਾ ਰਹੇ ਹੋ, ਕਾਰ ਚੱਲਦੀ ਹੈ ਜੀ ਤੁਹਾਡਾ? ਦੱਸੋ, ਇਸ ਕਾਰ ਦੇ ਵਿੱਚ ਥੋੜਾ ਸਫ਼ਰ ਜਿਹੜਾ 100 ਮੀਟਰ ਦਾ ਉਹ ਸਫ਼ਰ ਜਿਹੜਾ ਜ਼ਰੂਰ ਤੈਅ ਕਰਾਂਗੇ ਕਿਉਂਕਿ ਇਹ ਕਾਰ ਕਾਫੀ ਪੁਰਾਣੀ ਆ, ਕਾਫੀ ਇਸ ਵੇਲੇ ਜਿਹੜੀ ਇਹਦੀ ਉਮਰ ਆ ਜਿਹੜੀ ਉਹ ਵੀ ਜਿਵੇਂ ਬਜ਼ੁਰਗਾਂ ਦੀ ਉਮਰ ਹੁੰਦੀ ਆ ਇਹਦੀ ਉਮਰ ਬਹੁਤ ਹੋ ਚੁੱਕੀ ਆ ਤੇ 100 ਮੀਟਰ ਦਾ ਸਫ਼ਰ ਆ ਜਿਹੜਾ ਹਮੇਸ਼ਾ ਅਸੀਂ ਚਾਹੇ ਤੇਜ ਪ੍ਰਕਾਸ਼ ਜੀ ਇਲੈਕਸ਼ਨ ਲੜੇ ਚਾਹੇ ਗੁਰਕੀਰਤ ਲੜੇ ਆ ਚਾਹੇ ਮੈਂ ਲੜੇ ਆ ਉਹ ਜ਼ਰੂਰ ਅਸੀਂ 100 ਮੀਟਰ ਦਾ ਸਫ਼ਰ ਆ ਜਿਹੜਾ ਇਸ ਕਾਰ 'ਚ ਆਸ਼ੀਰਵਾਦ ਦੇ ਤੌਰ 'ਤੇ ਲੈ ਕੇ ਇਹ ਤੈਅ ਕਰਦੇ ਹਾਂ। ਲੱਕੀ ਆ ਕਿ ਸ਼ਗਨ ਮੰਨਦੇ ਉਸ ਨੂੰ? ਇਹ ਸ਼ਗਨ ਮੰਨਦੇ ਆ, ਸ਼ਗਨ ਮੰਨਦੇ ਆ ਇੱਕ ਵੀ ਇਸ ਦਾ ਆਸ਼ੀਰਵਾਦ ਜਿਹੜਾ ਉਹ ਸਾਡੇ ਸਿਰ 'ਤੇ ਲੱਕੀ ਤਾਂ ਹੈ ਹੀ ਹੈ ਜਿਹੜੀ ਇਹ ਸਰਦਾਰ ਬਿਆਨ ਸਿੰਘ ਨੂੰ 10 ਸਾਲ ਲੈ ਕੇ ਜਿਹੜੀ ਕਾਰ ਅਮਨ ਸ਼ਾਂਤੀ ਪੰਜਾਬ ਜੀ ਨੇ ਕੀਤੀ ਲੱਕੀ ਤਾਂ 100% ਇਹ ਕਾਰ ਹੈ ਹੀ ਹੈ। ਬਿਊਰੋ ਰਿਪੋਰਟ ਲੁਧਿਆਣਾ ਫਾਰ ਬ੍ਰਾਈਟ ਪੰਜਾਬ ਐਕਸਪ੍ਰੈਸ।